ਬੀਤੇ ਦਿਨੀ ਤੁਰਕੀ ਵਿੱਚ ਹੋ ਰਹੇ ਰੈਸਲਿੰਗ ਦੇ ਮੁਕਾਬਲਿਆਂ ਵਿੱਚ ਭਾਰਤ ਵੱਲੋਂ ਹਿੱਸਾ ਲੈਣ ਗਏ ਤਰਨਤਾਰਨ ਦੇ ਖਿਡਾਰੀ ਜਸਕਰਨ ਸਿੰਘ ਜੱਸਾ ਨੂੰ ਦਸਤਾਰ ਨਾਲ ਖੇਡਣ ਦੀ ਆਗਿਆ ਨਾ ਦੇਣ ਕਾਰਨ ਉਸ ਨੂੰ ਖੇਡਣ ਨਾ ਦਿੱਤਾ ਗਿਆ ਜਿਸ ਕਰਕੇ ਉਸ ਨੂੰ ਨਿਰਾਸ਼ ਹੀ ਵਤਨ ਵਾਪਸ ਪਰਤਣਾ ਪਿਆ। ਜਸਕਰਨ ਹੁਣ ਤੱਕ ਨੈਸ਼ਨਲ ਪੱਧਰ ਤੇ ਕਈ ਮੁਕਾਬਲਿਆਂ ਵਿੱਚ ਮੱਲਾ ਮਾਰ ਚੁੱਕਾ ਹੈ ਅਤੇ ਉਸਦੇ ਪਿਤਾ ਵੀ ਕੁਸ਼ਤੀ ਦੇ ਨਾਮੀ ਪਹਿਲਵਾਨ ਰਹਿ ਚੁੱਕੇ ਹਨ। ਜਸਕਰਨ ਅਤੇ ਉਸਦੇ ਪਿਤਾ ਨੇ ਉਸ ਨੂੰ ਨਾ ਖਿਡਾਏ ਜਾਣ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਖੇਡੇ ਜਾਣ ਦਾ ਮੌਕਾ ਦੇਣਾ ਚਾਹੀਦਾ ਸੀ। ਮੈਨੂੰ 10-12 ਸਾਲ ਹੋ ਗਿਆ ਜੀ ਰੈਸਲਿੰਗ ਕਰਦੇ ਨੂੰ, ਅਤੇ ਇਹ ਮੇਰਾ ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਸੀਗਾ ਤੁਰਕੀ ਦੇ ਵਿੱਚ। ਇਸ ਤੋਂ ਪਹਿਲਾਂ ਮੇਰੀ ਇੰਟਰਵਰਸਿਟੀ ਗੋਲਡ ਮੈਡਲ ਆ ਜੀ, ਨੈਸ਼ਨਲ ਗੇਮਸ ਦੇ ਵਿੱਚ ਪੋਜੀਸ਼ਨ ਆ ਜੀ, ਅਤੇ ਇਹ ਤੁਰਕੀ ਦੇ ਵਿੱਚ ਮੇਰਾ ਪਹਿਲਾ ਇੰਟਰਨੈਸ਼ਨਲ ਕੰਪਟੀਸ਼ਨ ਸੀ। ਅਤੇ ਜਦੋਂ ਕੁਸ਼ਤੀ ਸ਼ੁਰੂ ਹੋਣ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ ਤੁਸੀਂ ਸਿਰ 'ਤੇ ਪਟਕਾ ਜਾਂ ਟੋਪਾ ਕਹਿ ਦਿੰਦੇ ਆਪਾਂ, ਉਹ ਪਹਿਨੇ, ਉਹਨੂੰ ਉਤਾਰ ਕੇ ਫਿਰ ਲੜੋ। ਅਤੇ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਵਾਰ ਰੱਖੇ ਹੋਏ ਨੇ, ਇਸ ਕਰਕੇ ਮੈਂ ਉਤਾਰ ਨਹੀਂ ਸਕਦਾ, ਕਿਉਂਕਿ ਸਾਡਾ ਮਤਲਬ ਹਾਂਜੀ ਗੁਰੂਆਂ ਦੀ ਮਤਲਬ ਸਾਡੀ ਪਛਾਣ ਆ, ਇੱਕ ਧਾਰਮਿਕ ਚਿੰਨ੍ਹ ਆ। ਅਤੇ ਹੋ ਸਕਦਾ ਕੋਈ ਮਿਸਕਮਿਊਨੀਕੇਸ਼ਨ ਹੋ ਗਈ ਜਾਂ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਉਹ ਇਸ ਗੱਲ ਲਈ ਤਿਆਰ ਨਹੀਂ ਹੋਏ ਕਿ ਮੈਂ ਉਹ ਪਹਿਣ ਕੇ ਖੇਡ ਸਕਾਂ। ਸੋ ਫਿਰ ਅਸੀਂ ਉੱਥੇ ਨਾ ਲੜਨਾ ਜਾਇਜ਼ ਸਮਝਿਆ ਜੀ, ਅਤੇ ਫਿਰ ਉਹਨਾਂ ਨੇ ਉੱਥੇ ਲੜਨ ਨਹੀਂ ਦਿੱਤਾ ਜੀ। ਆਹ ਗੱਲ ਨਹੀਂ ਜੀ, ਟੀਮ ਦੇ ਨਾਲ ਹੀ ਆਏ ਜੀ ਵਾਪਸ, ਤਾਂ ਜਦੋਂ ਟੀਮ ਦੇ ਨਾਲ ਹੀ ਗਏ ਫਿਰ ਟੀਮ ਦੇ ਨਾਲ ਹੀ ਵਾਪਸ ਆਏ। ਮੈਨੂੰ ਮਤਲਬ ਇਕੱਲੇ ਨੂੰ ਉੱਥੇ ਕੋਈ ਇਹੋ ਜਿਹੀ ਨਹੀਂ। ਹਾਂਜੀ ਬਿਲਕੁਲ ਜੀ, ਸਾਡੇ ਕੋਚ ਸਾਹਿਬ ਸੀਗੇ, ਉਹਨਾਂ ਨੇ ਵੀ ਉੱਥੇ ਕਾਫੀ ਆਰਗਿਊ ਕੀਤਾ ਉਹਨਾਂ ਨਾਲ ਅਫੀਸ਼ੀਅਲਸ ਦੇ ਨਾਲ, ਪਰ ਉਹ ਮੰਨੇ ਨਹੀਂ ਕਿਸੇ ਕਾਰਨ ਕਰਕੇ। ਹੁਣ ਸਾਡੀ ਜਿਹੜੀ ਇੰਡੀਆ ਦੀ ਫੈਡਰੇਸ਼ਨ ਹੈ ਜੀ, ਉਹ ਆਪਣੀ ਕਾਰਵਾਈ ਕਰਦੀ ਪਈ ਹੈ ਜੀ, ਅਤੇ ਥੋੜ੍ਹੇ ਦਿਨ ਤੱਕ ਉਹ ਜਵਾਬ ਮਤਲਬ ਦੇਣਗੇ ਜਿਹੜੇ ਯੂਨਾਈਟਿਡ ਵਰਲਡ ਰੈਸਲਿੰਗ ਵਾਲੇ ਨੇ। ਹੁਣ ਅੱਗੇ ਜੀ ਨੈਸ਼ਨਲ ਆ ਰਹੀ ਹੈ ਜੀ, ਫਿਰ ਉਸ ਤੋਂ ਬਾਅਦ ਨੈਸ਼ਨਲ ਗੇਮਸ ਨੇ ਜੀ, ਅੱਗੇ ਕਾਫੀ ਕੰਪੀਟੀਸ਼ਨ ਨੇ ਜਿਹਨਾਂ ਦੀ ਸਟੈਪ ਬਾਏ ਸਟੈਪ ਤਿਆਰੀ ਜਾਰੀ ਹੈ ਜੀ। ਅਫਸੋਸ ਵੇਖੋ ਜੀ, ਕੰਪੀਟੀਸ਼ਨ ਨਾ ਲੜਨ ਦਾ ਅਫਸੋਸ ਤਾਂ ਜ਼ਰੂਰ ਹੁੰਦਾ ਜੀ, ਇੰਨੇ ਵੱਡੇ ਲੈਵਲ 'ਤੇ ਜਾ ਕੇ ਜਿੱਤ ਹਾਰ ਚਲੋ ਇਹ ਤਾਂ ਪਰਮਾਤਮਾ ਦੇ ਹੱਥ ਆ, ਪਰ ਇੱਕ ਅਫਸੋਸ ਜ਼ਰੂਰ ਹੈ ਕਿ ਕੰਪੀਟੀਸ਼ਨ ਨਹੀਂ ਲੜ ਪਾਏ ਜੀ। ਪੁੱਛੋ ਨਾ ਤੁਸੀਂ ਗੱਲ, ਤੁਸੀਂ ਪਹਿਲਾਂ ਕੀ ਕਰਦੇ ਰਹੇ ਜੀ, ਤੁਹਾਡਾ ਬੇਟਾ ਵੀ ਹੁੰਦਾ? ਮੈਂ ਕੁਸ਼ਤੀ ਲੜਦਾ ਹਾਂ ਜੀ ਸ਼ੁਰੂ ਤੋਂ ਹੀ, ਔਰ ਸਾਡੇ ਪਰਿਵਾਰ ਦੇ ਵਿੱਚ ਬਹੁਤ ਸਕੋਪ ਸੀਗਾ ਗੇਮ ਦਾ। ਮੇਰੇ ਚਾਚੇ ਤਾਏ ਦੇ ਲੜਕੇ, ਸਾਡੇ ਦਾਦਾ ਜੀ ਬਹੁਤ ਤਕੜੇ ਪਲੇਅਰ ਰਹੇ ਨੇ, ਸਾਡੇ ਬਾਪ ਖੁਦ ਰਹੇ ਨੇ। ਫਿਰ ਚਲੋ ਅੱਗੇ ਮੈਂ ਅੱਗੇ ਕੁਸ਼ਤੀ ਦੇ ਖੇਤਰ 'ਚ ਆਇਆ ਔਰ ਹਿੰਦੁਸਤਾਨ 'ਚ ਸਾਰੇ ਪਹਿਲਵਾਨਾਂ ਨੂੰ ਲੜਿਆ। ਹੁਣ ਅੱਗੋਂ ਇਹ ਜਸਕਮਰ ਸਿੰਘ ਜੱਸ ਜੋ ਮੇਰਾ ਬੇਟਾ ਹੈ, ਇਹ ਕੁਸ਼ਤੀ ਦੇ ਵਿੱਚ ਇਸ ਵੇਲੇ ਜਿਹੜੇ ਇੰਡੀਆ ਦੇ ਵਿੱਚ 5-7 ਪਹਿਲਵਾਨ, ਇਹਨਾਂ ਦੇ 10 ਉੱਪਰਲੇ ਵੇਟ ਦੇ ਨੇ, ਉਹਨਾਂ ਦੇ ਇਹ 5-7 ਪਹਿਲਵਾਨ ਇੱਕੋ ਜਿਹੇ ਨੇ ਔਰ ਇਹਨਾਂ ਦੇ ਕੰਪੀਟੀਸ਼ਨ ਹੁੰਦੇ ਨੇ, ਬੜੇ ਵਧੀਆ ਪਹਿਲਵਾਨ ਨੇ। ਤੁਰਕੀ ਜਿਹਨੂੰ ਲੜਦੇ ਜਿੱਦਾਂ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦੇ ਆ? ਤੁਰਕੀ ਲੜਨ ਗਏ, ਬਹੁਤ ਖੁਸ਼ੀ ਸੀ ਵੀ ਇੰਟਰਨੈਸ਼ਨਲ ਕੰਪੀਟੀਸ਼ਨ ਲੜਨਗੇ, ਉਹ ਕਿਸੇ ਵਜ੍ਹਾ ਕਰਕੇ ਹੁਣ ਉਹਨਾਂ ਨੂੰ ਕੀ ਇਸ ਦਾ ਕੀ ਸਮਝ ਆਉਂਦਾ ਨੇ, ਕਿਵੇਂ ਕੀਤਾ ਵੀ ਤੁਸੀਂ ਪਟਕਾ ਬੰਨ ਕੇ ਨਹੀਂ ਲੜੋ, ਤੁਸੀਂ ਇੱਦਾਂ ਲੜ ਲਓ, ਪਰ ਉਹਨੇ ਇਹ ਪਟਕਾ ਲੜਨ ਬੰਨਣ ਤੋਂ ਨਾ ਬੰਨਣ ਤੋਂ ਉਹਨੇ ਨਾ ਕਰਦੀ ਵੀ ਮੈਂ ਕੰਪੀਟੀਸ਼ਨ ਨਹੀਂ ਲੜ ਸਕਦਾ, ਕਿਉਂਕਿ ਕੇਸ ਜਿਹੜੇ ਵਾਲ ਆ ਇਹ ਖੁੱਲ੍ਹ ਜਾਂਦੇ ਨੇ, ਕੰਪੀਟੀਸ਼ਨ ਲੜਿਆ ਨਹੀਂ ਜਾਂਦਾ ਜਦੋਂ ਖੁੱਲ੍ਹੇ ਵਾਲਾਂ ਦੇ ਨਾਲ, ਇਸ ਕਰਕੇ ਇਹਦੀ ਮਜਬੂਰੀ ਸੀ ਵੀ ਇਹਨੂੰ ਫਿਰ ਕੰਪੀਟੀਸ਼ਨ ਛੱਡਣਾ ਪਿਆ, ਅਤੇ ਉਹਦਾ ਅਫਸੋਸ ਤਾਂ ਹੁੰਦਾ ਹੀ ਹੈ ਜੀ। ਵੇਖੋ ਬੱਚਾ ਐਡੇ ਲੈਵਲ 'ਤੇ ਜਾ ਕੇ ਕੰਪੀਟੀਸ਼ਨ ਲਾੜੇ, ਜਿਹੜੀ ਜਿੱਤ ਆ ਰਿਹਾ ਉਹਦੇ ਮਾਲਕ ਦੇ ਵਾਸਤੇ ਆ ਜੀ,